ਮੈਮ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਰ ਮੈਮ ਸਭ ਤੋਂ ਪਹਿਲੇ ਆਪਣਾ ਨਾਮ ਦੱਸੋ ਤੇ ਸਕੂਲ ਦਾ ਨਾਮ ਤੇ ਅੱਜ ਕਿਸ ਸੰਬੰਧ ਦੇ ਵਿੱਚ ਅੱਜ ਪੈਰਿਸ ਮੀਟਿੰਗ ਹੋਈ ਹੈ ਹਾਂਜੀ ਅਸੀਂ ਮੇਰਾ ਨਾਮ ਕਮਲਜੀਤ ਕੌਰ ਹੈ HTA ਸਕੂਲ ਦੀ ਤੇ ਅੱਜ ਬੱਚਿਆਂ ਦੇ ਪੀਟੀ ਮੀਟ ਹੈ ਪੇਰੈਂਟਸ ਦੇ ਨਾਲ ਤੇ ਇਸ ਕਰਕੇ ਇੱਥੇ ਸਟਾਫ ਸਾਰਾ ਇਕੱਠਾ ਹੋਇਆ ਹੈ ਅਸੀਂ ਉਹਨਾਂ ਲਈ ਖੇਡਾਂ ਵਗੈਰਾ ਬੱਚਿਆਂ ਦੇ ਪੇਰੈਂਟਸ ਦੀ ਕਰਵਾਈਆਂ ਤੇ ਇਸ ਕਰਕੇ ਸਾਰਾ ਸਟਾਫ ਇਕੱਠਾ ਹੋਇਆ ਤੇ ਬੱਚੇ ਆ ਪੇਰੈਂਟਸ ਆਏ ਨੇ ਕੀ ਸੁਨੇਹਾ ਦੇਣਾ ਚਾਹੁੰਦੇ ਤੁਸੀਂ ਅੱਜ ਦੇ ਯੁਵਾ ਬੱਚਿਆਂ ਨੂੰ ਤੇ ਹੋਰ ਸਕੂਲਾਂ ਅਸ ਬੱਚਿਆਂ ਨੂੰ ਪੇਰੈਂਟਸ ਨੂੰ ਇਹ ਦੱਸਿਆ ਕਿ ਅਸੀਂ ਬੱਚਿਆਂ ਨੂੰ ਟੀਚਰਸ ਸਾਡਾ ਸਟਾਫ ਜਿਹੜਾ ਕਿਸ ਤਰ੍ਹਾਂ ਮਿਹਨਤ ਕਰਕੇ ਬੱਚਿਆਂ ਨੂੰ ਅੱਗੇ ਲਿਜਾਂਦਾ ਪਿਆ ਤੇ ਸਕੂਲ ਵਿੱਚ ਅਸੀਂ ਸਰਕਾਰੀ ਸਕੂਲਾਂ ਦੀ ਕਿੱਦਾਂ ਹੁਣ ਮਤਲਬ ਨੁਹਾਰ ਬਦਲ ਗਈ ਹੈ ਅੱਗੇ ਨਾਲੋਂ ਬਹੁਤ ਜ਼ਿਆਦਾ ਬਦਲ ਗਈ ਹੈ ਅਤੇ ਬੱਚਿਆਂ ਦਾ ਲੈਵਲ ਜਿਹੜਾ ਅੱਗੇ ਨਾਲੋਂ ਪੜ੍ਹਾਈ ਦਾ ਕਾਫੀ ਉੱਚਾ ਉੱਠਿਆ ਅਤੇ ਇੱਥੇ ਟੀਚਰ ਸਾਡੇ ਜਿਹੜੇ ਸਾਰੇ ਆ ਬਹੁਤ ਮਿਹਨਤੀ ਆ ਬਹੁਤ ਮਿਹਨਤ ਕਰਕੇ ਬੱਚਿਆਂ ਨੂੰ ਇਸ ਲੈਵਲ ਤੱਕ ਹਰ ਮੁਕਾਮ 'ਤੇ ਮਤਲਬ ਖੇਡਾਂ ਵਿੱਚ ਵੀ ਹਰ ਜਗ੍ਹਾ 'ਤੇ ਲੈ ਕੇ ਜਾਂਦੇ ਅਤੇ ਬੱਚਿਆਂ ਨੂੰ ਅੱਗੇ ਪਹੁੰਚਾਉਂਦੇ ਪਏ ਆ ਮੈਮ ਜਿਸ ਤਰ੍ਹਾਂ ਕਿ ਬੱਚਿਆਂ ਨੂੰ ਯੂਨੀਫਾਰਮ ਬੁੱਕਸ ਵਗੈਰਾ ਸਰਕਾਰਾਂ ਵੱਲੋਂ ਪ੍ਰੋਪਰ ਮਿਲ ਰਹੀਆਂ ਜੀ ਬਿਲਕੁਲ ਤੁਸੀਂ ਦੇਖੋਗੇ ਬੱਚੇ ਯੂਨੀਫਾਰਮ 'ਚ ਹੀ ਆਏ ਆ ਅਸੀਂ ਬੱਚਿਆਂ ਨੂੰ ਯੂਨੀਫਾਰਮ ਦਿੰਦੇ ਹਾਂ ਇੱਥੇ ਖਾਣਾ ਦਿੰਦੇ ਹਾਂ ਉਸ ਤੋਂ ਬਾਅਦ ਬੁੱਕਸ ਵਗੈਰਾ ਹਰ ਫੈਸਿਲਿਟੀ ਕੋਸ਼ਿਸ਼ ਕਰੀਦੀ ਕਿ ਬੱਚਿਆਂ ਨੂੰ ਦੇਈ ਜਾਏ ਈਵਨ ਕਿ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਦੀ ਯੂਨੀਫਾਰਮ ਨਹੀਂ ਆਉਂਦੀ ਅਸੀਂ ਉਹਨਾਂ ਨੂੰ ਵੀ ਲੈ ਕੇ ਦਿੱਤੀ ਆਪਣੇ ਕੋਲੋਂ ਪ੍ਰੀ ਪ੍ਰਾਇਮਰੀ ਦੇ ਬੱਚਿਆਂ ਨੂੰ ਵੀ ਯੂਨੀਫਾਰਮ ਉਹਨਾਂ ਦਾ ਖਾਣਾ ਨਹੀਂ ਆਉਂਦਾ ਅਸੀਂ ਉਹਨਾਂ ਨੂੰ ਵੀ ਖਾਣਾ ਖਵਾਉਂਦੇ ਹਾਂ ਆਪਣੇ ਕੋਲੋਂ ਹਾਂਜੀ ਸਰ ਥੈਂਕ ਯੂ ਸਰ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਪੇਰੈਂਟਸ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਹੜੇ ਕਿ ਇਸ ਇੰਸਪਾਇਰ ਮੀਟਿੰਗ ਦੇ ਉੱਤੇ ਹਾਜ਼ਰ ਹੋਏ ਨੇ ਸਾਡੇ ਸਕੂਲ ਵਿੱਚ ਪੇਰੈਂਟਸ ਵਿੱਚ ਵੀ ਬੜੀ ਉਤਸੁਕਤਾ ਵੇਖੀ ਗਈ ਆ ਗੇਮਸ ਕਰਾਈਆਂ ਗਈਆਂ ਨੇ ਬੱਚਿਆਂ ਦੇ ਜਿਹੜਾ ਬੱਚਿਆਂ ਦਾ ਲੈਵਲ ਹੈ ਉਹਦੇ ਬਾਰੇ ਦੱਸਿਆ ਗਿਆ ਸਕੂਲ ਬਾਰੇ ਦੱਸਿਆ ਗਿਆ ਕਿ ਸਰਕਾਰੀ ਸਕੂਲ ਕਿਸੇ ਤੋਂ ਵੀ ਘੱਟ ਨਹੀਂ ਹੈਗੇ ਅਤੇ ਆਪਣੇ ਬੱਚਿਆਂ ਨੂੰ ਵੀ ਗੌਰਮੈਂਟ ਸਕੂਲ ਵਿੱਚ ਦਾਖਲਾ ਕਰਾਓ ਅਤੇ ਕਾਫੀ ਮਤਲਬ ਅਸੀਂ ਵੀ ਪੇਰੈਂਟਸ ਵੀ ਕਾਫੀ ਅਵੇਅਰ ਨੇ ਕਿ ਉਹਨਾਂ ਨੂੰ ਮਤਲਬ ਸਰਕਾਰੀ ਸਕੂਲਾਂ ਵਿੱਚ ਆਪਾਂ ਪਾਉਣਾ ਹੈ ਇਹਨਾਂ ਨੂੰ ਕਈ ਪੇਰੈਂਟਸ ਇਹ ਸੋਚਦੇ ਕਿ ਜਿਹੜੇ ਪ੍ਰਾਈਵੇਟ ਸਕੂਲ ਹੈਗੇ ਆ ਬਹੁਤ ਵਧੀਆ ਐਜੂਕੇਸ਼ਨ ਦੇ ਰਹੇ ਬੱਚਿਆਂ ਨੂੰ ਅਤੇ ਸਰਕਾਰੀ ਸਕੂਲਾਂ ਤੋਂ ਹਟਾਈ ਜਾ ਰਹੀ ਕੀ ਕਹਿਣਾ ਚਾਹੁੰਦੇ ਦੇਖੋ ਪ੍ਰਾਈਵੇਟ ਸਕੂਲ ਵੀ ਆਪਣੀ ਜਗ੍ਹਾ ਸਹੀ ਨੇ ਪਰ ਮੈਂ ਗੌਰਮੈਂਟ ਸਕੂਲ ਬਾਰੇ ਵੀ ਗੱਲ ਕਰਾਂਗੀ ਕਿ ਇੱਥੋਂ ਦਾ ਸਟਾਫ ਜਿਹੜਾ ਕਾਫੀ ਐਜੂਕੇਟਡ ਆ ਅਤੇ ਉਹ ਵੀ ਬਹੁਤ ਵਧੀਆ ਜਿਹੜੀ ਸਿੱਖਿਆ ਜਿਹੜਾ ਬੱਚਿਆਂ ਨੂੰ ਦੇ ਰਿਹਾ ਹਰ ਤਰ੍ਹਾਂ ਦੀ ਸਹੂਲਤ ਸਰਕਾਰੀ ਸਕੂਲ ਵਿੱਚ ਦਿੱਤੀ ਜਾ ਰਹੀ ਆ ਅਤੇ ਗੌਰਮੈਂਟ ਸਕੂਲ ਵੀ ਕਿਸੇ ਤੋਂ ਘੱਟ ਨਹੀਂ ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਪੇਰੈਂਟਸ ਨੇ ਸਾਰੇ ਪੇਰੈਂਟਸ ਜਿਹੜੇ ਨੇ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਾਡੇ ਸਕੂਲ ਵਿੱਚ ਦਾਖਲਾ ਕਰੋ ਧੰਨਵਾਦ ਅੱਜ ਜਿਹੜੀ ਸਾਰੇ ਹੀ ਮਤਲਬ ਸਰਕਾਰੀ ਸਕੂਲਾਂ ਵਿੱਚ ਇੰਸਪਾਇਰ ਮੀਟ ਹੈ ਪੇਰੈਂਟਸ ਮੀਟਿੰਗ ਤੋਂ ਇਹ ਨਾਮ ਬਦਲ ਕੇ ਇੰਸਪਾਇਰ ਮੀਟ ਰੱਖਿਆ ਗਿਆ ਹੈ ਕਿਉਂਕਿ ਅਸੀਂ ਪੇਰੈਂਟਸ ਨੂੰ ਵੀ ਇੰਸਪਾਇਰ ਕਰਨਾ ਚਾਹੁੰਦੇ ਹਾਂ ਕਿ ਉਹ ਜੇ ਅਸੀਂ ਇੰਨੀ ਮਿਹਨਤ ਕਰਕੇ ਬੱਚਿਆਂ ਨੂੰ ਪੜ੍ਹਾਈ ਕਰਾਉਂਦੇ ਹਾਂ ਅਤੇ ਪੇਰੈਂਟਸ ਵੀ ਵੱਧ ਤੋਂ ਵੱਧ ਮਤਲਬ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਦੇਣ ਜੇ ਅਸੀਂ ਬੱਚਾ ਸਾਡੇ ਕੋਲ 6 ਘੰਟੇ ਪੜ੍ਹਦਾ ਹੈ ਅਤੇ ਬਾਕੀ ਟਾਈਮ ਉਹ ਘਰ ਰਹਿੰਦਾ ਹੈ ਹੈ ਨਾ ਅਤੇ ਜੇ ਪੇਰੈਂਟਸ ਵੀ ਸਾਡੇ ਨਾਲ ਮਿਲ ਕੇ ਬੱਚਿਆਂ ਦੀ ਵਧੀਆ ਐਜੂਕੇਸ਼ਨ ਕਰਾਉਣ ਅਤੇ ਇਹ ਸਰਕਾਰੀ ਸਕੂਲ ਦੇ ਬੱਚੇ ਵੀ ਕਿਸੇ ਨਾਲੋਂ ਘੱਟ ਨਹੀਂ ਹੋਣਗੇ ਸਾਡੇ ਸਕੂਲ ਵਿੱਚ ਅੱਜ 1000+ ਮਤਲਬ ਹੈਗੀ ਹੈ ਇਨਰੋਲਮੈਂਟ ਇਹ ਕਿਉਂ ਹੈ ਕਿਉਂਕਿ ਸਾਡੇ ਸਕੂਲ ਵਿੱਚ ਕੁਆਂਟਿਟੀ ਦੇ ਨਾਲ ਨਾਲ ਕੁਆਲਿਟੀ 'ਤੇ ਵੀ ਬਹੁਤ ਜ਼ੋਰ ਦਿੱਤਾ ਜਾਂਦਾ ਹੈ ਤੁਸੀਂ ਦੇਖ ਹੀ ਰਹੇ ਹੋਗੇ ਬੱਚਿਆਂ ਲਈ ਕਲਰਫੁੱਲ ਬਿਲਡਿੰਗ ਹੈ ਕਲਰਫੁੱਲ ਡੈਸਕ ਨੇ ਅਤੇ ਅਸੀਂ ਮਤਲਬ TLM ਨਾਲ ਬੱਚਿਆਂ ਨੂੰ ਪੜ੍ਹਾਈ ਕਰਵਾਈ ਦੀ ਹੈ ਪ੍ਰੋਜੈਕਟਰ ਲੱਗੇ ਨੇ ਰੂਮਸ ਵਿੱਚ ਅਤੇ ਸਾਡਾ ਸਕੂਲ ਜਿਹੜਾ ਪ੍ਰਾਈਵੇਟ ਸਕੂਲਾਂ ਤੋਂ ਘੱਟ ਨਹੀਂ ਹੈਗਾ ਹਾਂਜੀ ਥੈਂਕ ਯੂ ਜੀ ਚਲੋ।